टाइप 6 वेन डायग्राम दी करनी हैगी है, उसका नाम हैगा ऑल सम सम। की है, आओ इसनू समझदे हैं एक एग्जांपल नाल। हुन आपां इन्हां दी वेन डायग्राम ड्रॉ करदे हैं, ठीक है जी। पहला रिलेशनशिप समझदे हैं, उस हिसाब नाल वेन डायग्राम बनावांगे। पहला हैगा मदर्स, मतलब एक चक्कर ना दिखलाया, मदर्स दा मतलब मावां है ना, एक नंबर हो गया। दूजा हैगा फीमेल्स। हुन तुसी दसो कि दुनिया दी सारियां दीयां सारियां मावां एक औरत हुंदियां ना, है ना, सारियां मावां औरतां ही हुंदियां। तां आपां एक नंबर चक्कर सारा दा सारा दो नंबर चक्कर दे विचकार आऊगा, क्योंकि दुनिया दी हर मां एक औरत हुंदी है, ठीक है। तीजा हैगा डॉक्टर्स। हुन डॉक्टर्स की है, डॉक्टर जेड़े सिंपल डॉक्टर्स हुंदे है। हुन दुनिया विच कुछ डॉक्टर्स औरतां भी हुंदियां, कुछ डॉक्टर्स जेंट्स भी हुंदे है, ठीक है जी। तां इसदा मतलब सारी दियां सारियां औरतां दुनिया दियां डॉक्टर्स नहीं हुंदियां, होर प्रोफेशन भी हुंदियां, कई औरतां टीचर हुंदियां, कई इंजीनियर हुंदियां, है ना। तां इसदा मतलब दुनिया दियां कुछ औरतां डॉक्टर्स हुंदियां। ਤਾਂ ਆਪਾਂ ਕੁਛ ਔਰਤਾਂ ਯਾਨੀ ਕਿ ਫੀਮੇਲਸ ਦੋ ਦਾ ਕੁਛ ਹਿੱਸਾ ਲੈਣਾ, ਠੀਕ ਹੈ ਜੀ। ਉਵੇਂ ਹੀ ਪਹਿਲੇ ਨੰਬਰ ਤੇ ਮਦਰ ਹੈ, ਦੁਨੀਆ ਦੀਆਂ ਕੁਛ ਏਦਾਂ ਦੀਆਂ ਮਾਵਾਂ ਵੀ ਡਾਕਟਰ ਹੁੰਦੀਆਂ, ਯਾਨੀ ਕਿ ਡਾਕਟਰ ਜਿਹੜਾ ਹੈਗਾ ਉਹ ਦੋ ਕੈਟੇਗਰੀ ਚ ਆਪਾਂ ਦੇਖਿਆ। ਕਈ ਡਾਕਟਰਸ ਜਿਹੜੀਆਂ ਮਾਵਾਂ ਹੋਣਗੀਆਂ, ਹਨਾ, ਮਤਲਬ ਮਾਂ ਵੀ ਇੱਕ ਪਾਸੇ, ਇੱਕ ਉਹ ਡਾਕਟਰਸ ਵੀ ਹੈ ਬਾਈ ਪ੍ਰੋਫੈਸ਼ਨ। ਦੂਜੀਆਂ ਕਿ ਡਾਕਟਰਸ ਫੀਮੇਲਸ ਵੀ ਹੁੰਦੀਆਂ, ਔਰਤਾਂ ਵੀ ਡਾਕਟਰਸ ਹੁੰਦੀਆਂ, ਹੈ ਨਾ। ਤਾਂ ਕੁਛ ਹਿੱਸਾ ਦੋਵਾਂ ਦਾ ਇਸ ਚੱਕਰ ਵਿੱਚ ਆਊਗਾ, ਤਿੰਨ ਨੰਬਰ ਚੱਕਰ 'ਚ। ਉਹ ਡਾਕਟਰ ਛੱਡਦੇ ਜਿਹੜੇ ਜੈਂਟਸ ਹੈ, ਬੋਇਜ਼ ਹੈ, ਠੀਕ ਹੈ। ਇੱਥੇ ਆਪਾਂ ਫੀਮੇਲਸ ਕਵਰ ਕੀਤਾ ਦੂਜੇ ਨੰਬਰ ਚੱਕਰ ਦਾ, ਮਤਲਬ ਕਿ ਜਿਹੜੀਆਂ ਔਰਤਾਂ ਡਾਕਟਰਸ ਹੈ ਉਹ ਇਹਦੇ 'ਚ ਕਵਰ ਹੋ ਗਈਆਂ। ਹੁਣ ਇੱਕ ਨੰਬਰ 'ਚ ਕੀ ਹੈ, ਮਾਵਾਂ, ਯਾਨੀ ਕਿ ਆਪਾਂ ਇਸ ਇੱਕ ਨੰਬਰ ਦੇ ਚੱਕਰ 'ਚ ਉਹ ਕਾਮਨ ਹਿੱਸਾ ਲਿੱਤਾ ਜਿਹੜੀਆਂ ਮਾਵਾਂ ਬਾਏ ਪ੍ਰੋਫੈਸ਼ਨ ਡਾਕਟਰ, ਠੀਕ ਹੈ। ਦੁਨੀਆ ਦੀਆਂ ਸਾਰੀਆਂ ਮਾਵਾਂ, ਕੱਲੀਆਂ ਡਾਕਟਰ ਤਾਂ ਹੈ ਨਹੀਂ, ਟੀਚਰਸ ਵੀ ਹੈਗੀਆਂ, ਇੰਜੀਨੀਅਰਸ ਵੀ ਹੈਗੀਆਂ, ਹੈ ਨਾ, ਹੋਰ ਵਕੀਲ ਵੀ ਹੈਗੇ, ਕਈ ਤਰ੍ਹਾਂ ਦੇ ਪ੍ਰੋਫੈਸ਼ਨ ਹੈ। ਤਾਂ ਆਪਾਂ ਇਸਦਾ ਮਤਲਬ ਇਹਦੇ 'ਚ ਉਹ ਸਿਰਫ ਹਿੱਸਾ ਲਿੱਤਾ ਮਾਵਾਂ ਦਾ ਜਿਹੜੀਆਂ ਡਾਕਟਰਸ ਹੈਗੀਆਂ, ਠੀਕ ਹੈ। ਆਹ ਜਿਹੜਾ ਖਾਲੀ ਹਿੱਸਾ ਇੱਕ ਨੰਬਰ ਚੱਕਰ ਦਾ ਹੈਗਾ, ਇਸਦਾ ਮਤਲਬ ਇਹ ਉਹ ਮਾਵਾਂ ਜਿਹੜੀਆਂ ਡਾਕਟਰਸ ਨਹੀਂ, ਹੋਰ ਪ੍ਰੋਫੈਸ਼ਨ ਹੈਗੀ, ਠੀਕ ਹੈ ਜੀ। ਟਾਈਪ 5 ਹੈ, ਉਹ ਇੱਥੇ ਆਪਾਂ ਨੂੰ ਬਿਲਕੁਲ ਫਿੱਟ ਬੈਠ ਰਹੀ ਹੈ, ਆਲ ਸਮ ਸਮ, ਯਾਨੀ ਕਿ ਪਹਿਲੇ ਦੂਜੇ ਦਾ ਆਲ ਦਾ ਰਿਸ਼ਤਾ, ਦੂਜੇ ਤੀਜੇ ਦਾ ਕੁਛ ਕਾਮਨ ਹਿੱਸਾ ਸਮ ਦਾ, ਪਹਿਲੇ ਤੀਜੇ ਦਾ ਵੀ ਕੁਛ ਕਾਮਨ ਹਿੱਸਾ ਸਮ ਦਾ, ਹੈ ਨਾ ਠੀਕ।